ਅਸੋ ਇਸ ਸਮੇ ਅਸੀਂ ਪਹੁੰਚੇ ਹਾਂ ਪਿੰਡ ਸ਼ੇਰੋ ਵਿਖੇ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਔਰ ਅੱਜ ਮੈਂ ਪਹੁੰਚਿਆ ਹਾਂ ਨਿਰਪੈ ਸਿੰਘ ਇੱਕ ਵੀਰ ਹੈ ਜੋ ਕਿ ਪੇਂਟਿੰਗ ਦਾ ਕੰਮ ਕਰਦਾ ਹੈ ਬਹੁਤ ਹੀ ਸੋਹਣੀਆਂ-ਸੋਹਣੀਆਂ ਉਹਨੇ ਪੇਂਟਿੰਗਾਂ ਬਣਾਈਆਂ ਨੇ ਜੋ ਕਿ ਜੇ ਤੁਸੀਂ ਦੇਖੋਗੇ ਤੁਸੀਂ ਕਹੋਗੇ ਕਿ ਵਾਹ ਕੀ ਕਾਰੀਗਰੀ ਹੈ ਉਸ ਵੀਰ ਦੀ ਉਸ ਵੀਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਨਾਲ ਹੀ ਤੁਹਾਨੂੰ ਉਸ ਵੀਰ ਦੀਆਂ ਪੇਂਟਿੰਗਾਂ ਵੀ ਦਿਖਾਵਾਂਗੇ ਫਿਲਹਾਲ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋ ਇਹ ਜਿਹੜਾ ਘਰ ਹੈ ਉਸ ਵੀਰ ਦਾ ਹੈ ਨਿਰਪੇ ਸਿੰਘ ਦਾ ਸੋ ਨਿਰਪੇ ਸਿੰਘ ਦੇ ਘਰ ਅਸੀਂ ਪਹੁੰਚੇ ਹਾਂ ਇੱਕ ਕਮਰਾ ਹੈ ਜੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਕਮਰੇ ਦੇ ਵਿੱਚ ਉਹ ਪੇਂਟਿੰਗਾਂ ਨੇ ਜਿਹੜੀ ਵੀਰ ਨੇ ਬਣਾਈਆਂ ਹੋਈਆਂ ਨੇ ਆਪਾਂ ਚੱਲ ਕੇ ਉਸ ਪੇਂਟਿੰਗਾਂ ਨੂੰ ਦੇਖਦੇ ਹਾਂ ਸੋ ਇਹ ਹੈ ਉਹ ਕਮਰਾ ਜਿੱਥੇ ਵੀਰ ਨਿਰਪੇ ਸਿੰਘ ਜੀ ਨੇ ਪੇਂਟਿੰਗਾਂ ਬਣਾ ਕੇ ਰੱਖੀਆਂ ਨੇ ਤੇ ਇਸ ਸਮੇਂ ਵੀ ਵੀਰ ਜੀ ਪੇਂਟਿੰਗ ਬਣਾ ਰਹੇ ਨੇ ਨਿਰਪੇ ਸਿੰਘ ਵੀਰ ਜੀ ਸਾਸ਼ਟ੍ਰਿਕ ਕਾਲ ਕੀ ਹਾਲ ਚਾਲ ਨੇ ਸਾਸ਼ਟ੍ਰਿਕ ਕਾਲ ਜੀ ਸਾਰਿਆਂ ਨੂੰ ਜੀ ਕੀ ਹਾਲ ਚਾਲ ਨੇ ਜੀ ਹਾਲ ਚਾਲ ਬਹੁਤ ਵਧੀਆ ਜੀ ਤੇ ਕੀ ਬਣਾ ਰਹੇ ਹੋ ਕੀ ਦੀ ਪੇਂਟਿੰਗ ਬਣਾ ਰਹੇ ਹੋ ਸਤਿੰਦਰ ਸਰਤਾਜ ਜੀ ਦੀ ਪੇਂਟਿੰਗ ਬਣਾ ਰਹੇ ਹੋ ਹਾਂ ਜੀ ਇਹ ਸਰਤਾਜ ਜੀ ਦੀ ਬਣਾਈ ਹੈ ਪੇਂਟਿੰਗ ਜੀ ਠੀਕ ਹੈ ਜੀ ਬਹੁਤ ਸੋਹਣੀ ਤੁਸੀਂ ਪੇਂਟਿੰਗਾਂ ਬਣਾਈਆਂ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਜੋ ਕਿ ਆਪ ਜੀ ਨੂੰ ਇਸ ਸਮੇਂ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਕਿ ਇਹ ਆਪ ਜੀ ਨੇ ਜਿਹੜੀ ਪੇਂਟਿੰਗਾਂ ਬਣਾਈਆਂ ਨੇ ਇਹਦੇ ਬਾਰੇ ਥੋੜੀ ਜਾਣਕਾਰੀ ਹਾਸਲ ਕਰੀਏ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਪੇਂਟਿੰਗਾਂ ਦਿਖਾਉਣਾ ਚਾਹਾਂਗਾ ਨਰਪਿਆ ਸਿੰਘ ਜੀ ਤੁਸੀਂ ਵੀ ਮੇਰੇ ਨਾਲ ਹੀ ਆ ਜਾਓ ਐਸ ਪਾਸੇ ਦੇਖ ਸਕਦੇ ਹਾਂ ਜ ਸ਼ਹੀਦ ਉਦਮ ਸਿੰਘ ਜੀ ਦੀ ਪੇਂਟਿੰਗ ਬਣਾਈ ਹੈ ਨਰਪਾਲ ਸਿੰਘ ਜੀ ਨੇ ਤੇ ਉਸ ਤੋਂ ਬਾਅਦ ਇੱਕ ਪੁਰਾਣਾ ਸਭਿਆਚਾਰ ਆਪਣਾ ਦਿਖਾਉਂਦੇ ਹੋਏ ਚਰਖਾ ਢਾ ਕੇ ਬੀਬੀ ਬੈਠੀ ਹੋਈ ਹੈ ਤੁਸੀਂ ਉਹ ਦੇਖ ਸਕਦੇ ਹੋ ਇੱਥੇ ਜੀਜੀਸ ਦੀ ਇਹਨਾਂ ਨੇ ਪੇਂਟਿੰਗ ਬਣਾਈ ਹੋਈ ਹੈ ਅਬੇਟਕਰ ਜੀ ਦੀ ਪੇਂਟਿੰਗ ਇਹਨਾਂ ਨੇ ਬਣਾਈ ਹੋਈ ਹੈ ਔਰ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਾਲਪਨਿਕ ਫੋਟੋ ਆਪਾਂ ਕਹਿ ਦਿੰਨੇ ਸਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਉਹ ਇਹਨਾਂ ਨੇ ਬਣਾਈ ਹੋਈ ਹੈ ਇੱਕ ਪੁਰਾਣਾ ਫੇਰ ਆਪਣਾ ਸੱਭਿਆਚਾਰ ਜਿਹੜਾ ਇੱਕ ਵੀਰ ਹੱਲ ਲੈ ਕੇ ਆ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਬਣਾਇਆ ਹੋਇਆ ਹੈ ਇੱਥੇ ਜਿਹੜੀ ਟਰਾਫੀਆਂ ਵਗੈਰਾ ਵੀਰ ਨੂੰ ਮਿਲੀਆਂ ਨੇ ਇਨਾਮ ਤੁਸੀਂ ਦੇਖ ਸਕਦੇ ਹੋ ਸਾਰੇ ਔਰ ਆ ਵੀ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਸਤ ਜਨਰਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਇਹਨਾਂ ਦਾ ਮੈਂ ਨਾਮ ਨਹੀਂ ਜਾਣਦਾ ਇਹ ਕੌਣ ਨੇ ਮੜਾ ਦੱਸੋ ਇਹ ਜੀ ਮੇਰੇ ਉਸਤਾਦ ਦੇ ਚੇਲਾ ਜੀ ਨੇ ਜੋ ਕਿ ਫਿਲਮਾਂ 'ਚ ਕੰਮ ਕਰਦੇ ਨੇ ਅੱਜ ਕੱਲ੍ਹ ਠੀਕ ਹੈ ਜੀ ਕੀ ਨਾਮ ਹੈ ਇਹ ਬਹੁਤ ਇਹਨਾਂ ਦਾ ਨਾਮ ਜੀ ਪ੍ਰੀਤ ਆ ਜੀ ਪ੍ਰੀਤ ਜੀ ਸੋ ਇਹ ਨੇ ਪ੍ਰੀਤ ਜੀ ਤੇ ਨਾਲ ਜਿਹੜੀ ਉਹ ਗੁੱਡੀ ਹੈ ਉਹ ਇਹ ਕਮਿਸ਼ਨ ਵਰਕਰ ਨੇ ਜੀ ਓਕੇ 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 ਸੋ ਆ ਦੂਜੇ ਪਾਸੇ ਵੀ ਕੁਝ ਪੇਂਟਿੰਗਾਂ ਨੇ ਸਰਤਾਜ ਦੀ ਪੇਂਟਿੰਗ ਵੀਰ ਜੀ ਬਣਾ ਰਹੇ ਸੀਗੇ ਤੇ ਥੱਲੇ ਤੁਸੀਂ ਦੇਖ ਸਕਦੇ ਹੋ ਜੀ ਇਸ ਪਾਸੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਖ ਦੀ ਪੇਂਟਿੰਗ ਜਿਹੜੀ ਵੀਰ ਨੇ ਬਣਾਈ ਹੋਈ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਥੇ ਅਮਰੇਸ਼ਪੁਰੀ ਅਮਰੇਸ਼ਪੁਰੀ ਜੀ ਦੀ ਮਗੰਮਬ ਖੁਸੂਆ ਉਹਨਾਂ ਦੀ ਪੇਂਟਿੰਗ ਬਣਾਈ ਹੋਈ ਹੈ ਤੇ ਨਾਲ ਹੋਰ ਵੀ ਕੁਝ ਜਿਹੜੇ ਐ ਮੈਂ ਚਾਹਨਾ ਚਾਹਾਂਗਾ ਜਤਨ ਵੀਰ ਜੀ ਕਿੰਨਾ ਕਿੰਨਾ ਦੀ ਪੇਂਟਿੰਗ ਹੈ ਇਹ ਇਹ ਜੀ ਆਇਨਸਟਾਈਨ ਦੀ ਪੇਂਟਿੰਗ ਹੈ ਜੀ ਉਹਨਾਂ ਦੇ ਬਾਅਦ ਇਹ ਚ ਗਵੇਰਾ ਜੀ ਪਹਿਲੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀਗੇ ਠੀਕ ਹੈ ਜੀ ਤੇ ਔਰ ਆਹ ਅਬਰਾਹਮ ਲਿੰਕਨ ਇਹ ਤਾਂ ਜੀ ਇਬਰਾਹਿਮ ਲਿੰਕਨ ਤੇ ਇਹ ਇੱਕ ਹੀ ਮੁਸਲਮ ਕੁੜੀਆ ਮੰਨ ਲਓ ਇਹਦਾ ਪਹਿਰਾਵਾ ਇੱਕ ਮੁਸਲਮ ਤਰੀਕੇ ਨਾਲ ਦਿਖਾਇਆ ਗਿਆ ਜੀ ਠੀਕ ਹੈ ਜੀ ਸੋ ਇਸ ਤੋਂ ਬਾਅਦ ਮੈਂ ਚਾਹਾਂਗਾ ਕਿ ਇੱਕ ਪੇਂਟਿੰਗ ਜ਼ਰੂਰ ਦਿਖਾਓ ਆ ਜਿਹੜਾ ਅੱਜ ਦਾ ਹਾਲਾਤ ਬਣੇ ਹੋਏ ਨੇ ਕਿਸਾਨੀ ਦੇ ਉਹਦੇ ਨਾਲ ਜੁੜੀ ਹੋਈ ਇੱਕ ਪੇਂਟਿੰਗ ਮੈਨੂੰ ਦਿਖ ਰਹੀ ਹੈ ਜਿਹਦੇ ਵਿੱਚ ਕਿਸਾਨ ਜਿਹੜੇ ਨੇ ਮਤਲਬ ਸੁਸਾਇਸਾਈਡ ਕਰ ਰਹੇ ਨੇ ਮੇਰੇ ਵੀਰ ਜੀ ਮਾੜਾ ਤੁਸੀਂ ਆਪ ਵਿਸਥਾਰਨ ਦੱਸੋ ਕੀ ਕੁਝ ਹੈ ਇਸ ਪੇਂਟਿੰਗ ਦੇ ਵਿੱਚ ਇਸ ਪੇਂਟਿੰਗ ਦੇ ਵਿੱਚ ਇੱਕ ਪਿੱਛੇ ਜਿਹੜੇ ਕਿਸਾਨ ਨੇ ਉਹ ਫੌਹਲਿੰਦੇ ਦਿਖਾਏ ਗਏ ਨੇ ਖੁਦਖੁਸ਼ੀ ਜੀ ਤੇ ਇੱਕ ਕਿਸਾਨ ਗੁੱਸੇ ਦੇ ਵਿੱਚ ਆਪਣਾ ਜੋ ਬਿਆਨ ਕਰ ਰਿਹਾ ਜੀ ਆਪਣੇ ਆਪ ਭਾਬ ਜੀ ਵੀ ਆਪਾਂ 5 ਸਾਲਾਂ ਬਾਅਦ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਦੇਣੇ ਜੀ ਪਰ ਉਹ ਸਾਡਾ ਕੁਝ ਨਹੀਂ ਕਰਦੇ ਜੀ ਤੇ ਇੱਕ ਨੌਜਵਾਨ ਨਸ਼ਾ ਕਰਦਾ ਦਿਖਾਇਆ ਗਿਆ ਜੀ ਜੀ ਤੇ ਇੱਕ ਇਧਰ ਮਤਲਬ ਐਕਸੀਡੈਂਟ ਵਗੈਰਾ ਹੋ ਗਿਆ ਜੀ ਤੇ ਉਸ ਨੂੰ ਕੋਈ ਚੱਕਣ ਵੀ ਨਹੀਂ ਆ ਰਿਹਾ ਜੀ ਠੀਕ ਹੈ ਮਤਲਬ ਇਹ ਹਾਲਾਤ ਨੇ ਆਪਣੇ ਪੰਜਾਬ ਦੇ ਜੀ ਤੇ ਪਿੱਛੇ ਉਹ ਪੰਨੇ ਦਿਖਾ ਕੇ ਗਏ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਤੁਸੀਂ ਕੁਝ ਆਪਣੀ ਇੱਕ ਪਿਕਚਰ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਚੀਜ਼ ਮੈਂ ਹੋਰ ਵੀਰ ਜੀ ਆਪੀ ਤੋਂ ਜਾਨਣਾ ਚਾਹਾਂਗਾ ਕਿ ਮੈਂ ਦੇਖ ਰਿਹਾ ਸੀਗਾ ਜਿਸ ਨੇ ਕਿ ਮਾਤਾ ਜੀ ਦੀ ਮਾਤਾ ਗੁਜਰ ਕੌਰ ਜੀ ਦੀ ਪੇਂਟਿੰਗ ਬਣੀ ਹੋਈ ਹੈ ਨਾਲ ਹੀ ਜੀ ਜਸ ਜਿਹੜੇ ਨੇ ਉਹਨਾਂ ਦੀ ਪੇਂਟਿੰਗ ਬਣੀ ਹੋਈ ਹੈ ਦੂਜੇ ਪਾਸੇ ਮੈਂ ਦੇਖਿਆ ਸੀਗਾ ਕਿਸ਼ਨ ਭਗਵਾਨ ਜੀ ਦੀ ਪੇਂਟਿੰਗ ਬਣੀ ਹੋਈ ਹੈ ਅ ਜਿਹੜੇ ਪੰਜਾਬ ਮਹਾਰਾਜ ਰنجਜੀਤ ਸਿੰਘ ਜੀ ਦੀ ਬਣੀ ਹੋਈ ਹੈ ਮਤਲਬ ਹਰ ਧਰਮ ਦੇ ਨਾਲ ਜੁੜੇ ਹੋਏ ਆਪ ਜੀ ਨੇ ਪੇਂਟਿੰਗਾਂ ਬਣਾਈ ਹੋਈਆਂ ਆਪ ਜੀ ਨੂੰ ਨਹੀਂ ਲੱਗਦਾ ਕਿ ਆਪ ਜੀ ਨੂੰ ਕੁਝ ਲੋਕੀ ਕਹਿਣਾ ਕਿ ਤੁਸੀਂ ਸਿੱਖ ਹੋ ਕੱਲੇ ਸਿੱਖੀ ਦੇ ਨਾਲ ਜੁੜੇ ਹੋਈ ਪੇਂਟਿੰਗਾਂ ਹੀ ਬਣਾਓ ਹਾਂ ਜੀ ਵੈਸੇ ਕਹਿੰਦੇ ਰਹਿੰਦੇ ਪਰ ਜੀ ਮੰਨ ਲਓ ਕਲਾਕਾਰ ਹੁੰਦਾ ਜੀ ਉਹ ਸਭ ਲਈ ਸਾਂਝਾ ਹੁੰਦਾ ਜੀ ਉਹਦਾ ਕੋਈ ਨਾ ਜਾਤ ਹੁੰਦਾ ਨਾ ਕੋਈ ਧਰਮ ਹੁੰਦਾ ਜੀ ਮੰਨ ਲਓ ਕਿ ਸਾਡੇ ਲਈ ਤਾਂ ਮਤਲਬ ਕਲਾਕਾਰ ਕਲਾਕਾਰੀ ਹੁੰਦਾ ਜੀ ਜਿਹੜੇ ਪੇਂਟਿੰਗਾਂ ਨੇ ਸਾਡੇ ਲਈ ਇੱਕ ਮਤਲਬ ਕਿ ਕੰਮ ਆ ਜੀ ਏਸੀ ਤਾਂ ਸਾਨੂੰ ਕੋਈ ਵੀ ਡਿਮਾਂਡ ਕਰੂਗਾ ਜੀ ਅਸੀਂ ਉਹਨੂੰ ਪੇਂਟਿੰਗ ਬਣਾ ਕੇ ਦੇਵਾਂਗੇ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ Hindu ਆ ਜਾਂ Musalmanਾ ਸਿੱਖ ਆ ਜੀ ਸਾਡੇ ਲਈ ਸਾਡਾ ਕੋਈ ਧਰਮ ਨਹੀਂ ਸਾਡੀ ਕੋਈ ਜਾਤ ਨਹੀਂ ਜੀ ਕਲਾਕਾਰ ਸਾਰੇ ਸਮਾਜ ਲਈ ਸਾਂਝੇ ਹੁੰਦੇ ਆ ਕਿਉਂਕਿ ਇਹ ਕਾਲਪਨਿਕ ਫੋਟੋਆਂ ਨੇ ਸਿਰਫ ਇੱਕ ਚਿੱਤਰਕਾਰ ਦੀ ਕਲਪਨਾ ਹੁੰਦੀ ਹੈ ਔਰ ਚਿੱਤਰਕਾਰ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਉਹ ਜਿਹੜੀ ਕਲਪਨਾ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਣਾ ਔਰ ਕਿਤੇ ਵੀ ਸਾਨੂੰ ਉਸ ਕਲਪਨਾ ਨੂੰ ਹਕੀਕਤ ਨਹੀਂ ਮੰਨਣਾ ਚਾਹੀਦਾ ਉਹ ਸਿਰਫ ਇੱਕ ਕਲਪਨਾ ਹੈ ਜੋ ਕਿ ਇਤਿਹਾਸ ਨੂੰ ਦਰਸਾ ਰਹੀ ਹੈ ਔਰ ਚિત੍ਰਕਾਰ ਦਾ ਕੋਈ ਧਰਮ ਨਹੀਂ ਕਿ ਇੱਕ ਧਰਮ ਦੇ ਨਾਲ ਜੁੜੀ ਹੋਈ ਬਣਾਏ ਕਿਸੇ ਵੀ ਧਰਮ ਦੇ ਨਾਲ ਜੁੜੀ ਹੋਈ ਬਣਾ ਸਕਦਾ ਉਹਦਾ ਇਹ ਵਰਕ ਹੈ ਇਹ ਆਪ ਜੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਕਲਾਕਾਰ ਸਾਰੇ ਸਾਂਝਾ ਹੁੰਦਾ ਜੀ ਉਹ ਕਿਸੇ ਵਰਗ ਦਾ ਨਹੀਂ ਹੁੰਦਾ ਵੀ ਜਾਂ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ ਜੀ ਪਰ ਅੱਜ ਫਿਰ ਵੀ ਕਲਾਕਾਰ ਬਣਾਏ ਬਣਾਏ ਗਏ ਨੇ ਜੀ ਵੇ ਹਿੰਦੂਆਂ ਦੇ ਮੁਸਲਮਾਨਾਂ ਦੇ ਮਤਲਬ ਕਿ ਇਦਾਂ ਹੋਣਾ ਨਹੀਂ ਚਾਹੀਦਾ ਜੀ ਠੀਕ ਹੈ ਜੀ ਇਹਦੇ ਬਾਰੇ ਮਾੜਾ ਦੱਸੋ ਕਿ ਇਸ ਪੇਂਟਿੰਗ ਤੋਂ ਆਪਾਂ ਨੂੰ ਕੀ ਸੁਨੇਹਾ ਮੈਨੂੰ ਲੱਗਦਾ ਹੈ ਕਿ ਜਿਵੇਂ ਇਹ ਦੋ ਬੱਚਿਆਂ ਦੀ ਪੇਂਟਿੰਗ ਹੈ ਮਾੜਾ ਵਿਥ ਜਿਵੇਂ ਕਿ ਹਰ ਸ਼ਹਿਰ ਦੇ ਵਿੱਚ ਲੋਕੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਹੁੰਦੇ ਜੀ ਇੱਕ ਗਰੀਬ ਇੱਕ ਅਮੀਰ ਜੀ ਤੇ ਇਹਦੇ ਵਿੱਚ ਉਹ ਹੀ ਦਿਖਾਇਆ ਗਿਆ ਜੀ ਜੇ ਇੱਕ ਅਮੀਰ ਬੱਚਾ ਇੱਕ ਗਰੀਬ ਜੀ ਮਤਲਬ ਕਿ ਮਤਲਬ ਇਹ ਦਵਿੱਤਕਰਾਨੀ ਹੋਣਾ ਚਾਹੀਦਾ ਜੀ ਵੀ ਜੇ ਇਨਸਾਨ ਇੱਕਾ ਤਾਂ ਉਹਨਾਂ ਦੇ ਸਾਰਾ ਕੁਝ ਇੱਕੋ ਹੀ ਹੋਣਾ ਚਾਹੀਦਾ ਜੀ ਠੀਕ ਹੈ ਜੀ ਇਹਦੇ ਵਿੱਚ ਉਹ ਦਿਖਾਇਆ ਗਿਆ ਸਾਰਾ ਮਤਲਬ ਅਮੀਰੀ ਤੇ ਗਰੀਬੀ ਦਾ ਪਾੜਾ ਇਹਦੇ ਵਿੱਚ ਜਿਹੜਾ ਪਾੜਾ ਨਹੀਂ ਹੋਣਾ ਚਾਹੀਦਾ ਇਹ ਵੀਰ ਨੇ ਆਪਣੀ ਪੇਂਟਿੰਗਾਂ ਦੇ ਰਾਹੀਂ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਦੀ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਬਾਰੇ ਜਾਣਨਾ ਚਾਹਾਂਗਾ ਕਿ ਆਪ ਜੀ ਨੇ ਕਿੰਨੀ ਕਿ ਸਟੱਡੀ ਕੀਤੀ ਕਿੱਥੇ ਤੱਕ ਆਪ ਜੀ ਨੇ ਸਟੱਡੀ ਕੀਤੀ ਹੈ ਮੈਂ ਜੀ ਬੀਏ ਕਰ ਰਹੇ ਹਾਂ ਇਹ ਨਾਲ ਉਹਦੇ ਫਾਈਨਲ ਕਰਦਾ ਜੀ ਠੀਕ ਹੈ ਜੀ ਤੇ ਕਿੰਨੇ ਸਾਲਾਂ ਤੋਂ ਆਪ ਜੀ ਇਹ ਪੇਂਟਿੰਗ ਬਣਾ ਰਹੇ ਹੋ ਕਰੋ ਤੋਂ ਸ਼ੁਰੂਆਤ ਕੀਤੀ ਆਪ ਜੀ ਨੇ ਸ਼ੁਰੂਆਤ ਇਹ ਮਨੋ 10 ਦੇ ਵਿੱਚ ਕਰਤੀ ਸੀ ਅੱਜ ਤੱਕ ਲਗਭਗ 8-9 ਸਾਲ ਹੋ ਗਏ ਮੈਨੂੰ ਜੀ 2010 ਦੇ ਵਿੱਚ ਆਪ ਜੀ ਨੇ ਸਵਾਰ ਕਰ 2011 ਦੇ ਵਿੱਚ ਹੋ ਗਈ ਸੀ ਠੀਕ ਹੈ ਜੀ ਤੇ ਅੱਜ 2020 ਯਾਨੀ ਕਿ ਤਕਰੀਬਨ 9-10 ਸਾਲ ਆਪ ਜੀ ਨੂੰ ਹੋ ਚੁੱਕੇ ਨੇ ਕਿਵੇਂ ਪ੍ਰੇਰਣਾ ਮਿਲੀ ਪੇਂਟਿੰਗਾਂ ਤਿਆਰ ਕਰਨੀਆਂ ਨੇ ਜੀ ਬਚਪਨ ਦੇ ਵਿੱਚ ਹੀ ਮੈਨੂੰ ਸ਼ੌਂਕ ਸੀ ਗੱਲ ਮੈਨੂੰ ਕਈ ਪੇਂਟਿੰਗਾਂ ਦਾ ਜੀ ਤੇ ਹੌਲੀ-ਹੌਲੀ ਉਤਸ਼ਾਹ ਬਣਦਾ ਗਿਆ ਜੀ ਅਖਬਾਰਾਂ ਦੇ ਵਿੱਚ ਕੋਈ ਪੇਂਟਿੰਗ ਆਉਂਦੀ ਜੀ ਉਹਨੂੰ ਮੈਂ ਦੇਖ ਕੇ ਡਰਾ ਕਰਦਾ ਜੀ ਤੇ ਬਾਕੀ ਜੀ ਕਿਸੇ ਕੋਈ ਪੇਂਟਿੰਗ ਬਣਾਉਣਾ ਜੀ ਉਹ ਮੈਂ ਦਿਖਾਉਣਾ ਜੀ ਪਹਿਲਾਂ ਜੀ ਤੇ ਉਹਦੇ ਨਾਲ ਹੀ ਜੋੜਾ ਮੈਨੂੰ ਉਤਸ਼ਾਹ ਮਿਲਦਾ ਜੀ ਉਦੇ ਨਾਲ ਮੈਂ ਫਿਰ ਅੱਗੇ ਵਧਾਂ ਜੀ ਮਤਲਬ ਜਿਹੜੇ ਪੇਂਟਿੰਗ ਬਣਾਣਾ ਹੈ ਇਹ ਤੁਹਾਡਾ ਸ਼ੌਕ ਹੈ ਕੀ ਤੁਹਾਡਾ ਸ਼ੌਕ ਹੈ ਜਾਂ ਤੁਸੀਂ ਮਤਲਬ ਇਹਨੂੰ ਆਪਣਾ ਪ੍ਰੋਫੈਸ਼ਨ ਵੀ ਬਣਾਇਆ ਹੋਇਆ ਹੈ ਪ੍ਰੋਫੈਸ਼ਨ ਵੀ ਬਣਾਇਆ ਹੋਇਆ ਜੀ ਪ੍ਰੋਫੈਸ਼ਨੇ ਬਣਾਇਆ ਕਿਸ ਪ੍ਰਕਾਰ ਦੇ ਨਾਲ ਤੁਸੀਂ ਇਹਨੂੰ ਪ੍ਰੋਫੈਸ਼ਨ ਬਣਾਇਆ ਮਾੜਾ ਵਿਸਥਾਰ ਦੱਸੋਗੇ ਮਤਲਬ ਇੱਕ ਕੋਈ ਮੇਥੋਂ ਬੰਦਾ ਪੇਂਟਿੰਗ ਬਣਵਾਉਂਦਾ ਜੀ ਕਮਿਸ਼ਨ ਤੇ ਉਹ ਮੈਂ ਬਣਾ ਦਿੰਦਾ ਜੀ ਤੇ ਆਪਣਾ ਖਰਚਾ ਜਿਹੜਾ ਉਹ ਕੱਢ ਲੈਣਾ ਜੀ ਠੀਕ ਹੈ ਤੇ ਅੱਗੇ ਮੇਰਾ ਫਿਊਚਰ ਵੀ ਇਹਦੇ ਵਿੱਚ ਹੀ ਹੈ ਜੀ ਪੇਂਟਿੰਗ ਜੀ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਪਰਸੈਂਟ ਮਤਲਬ ਕਿੰਨੇ ਕੁ ਲੋਕ ਨੇ ਜਿਹੜੇ ਇਹ ਬਸ ਜਾਨਕਾਰੀ ਬਹੁਤ ਘੱਟ ਆ ਜੀ ਮਤਲਬ ਇੱਕ ਕਲਾ ਨੂੰ ਆਮ ਆਮ ਬਣਾ ਦਿੱਤਾ ਗਿਆ ਜੀ ਵੀ ਜਿਵੇਂ ਕਲਾ ਬੰਦੇ ਦੇ ਹਾਪਾ ਪਾਪ ਹੁੰਦੇ ਨੇ ਕਲਾ ਵਿੱਚ ਹੀ ਉਹ ਲੋਕ ਸਮਝਦੇ ਨਹੀਂ ਹੈਗੇ ਜੀ ਠੀਕ ਹੈ ਮਤਲਬ ਇੱਕ ਕਲਾ ਵੀ ਇਦਾਂ ਨਹੀਂ ਕਿ ਕੋਈ ਫੋਟੋ ਬਣਾਤੀ ਜੀ ਉਹਦੇ ਵਿੱਚ ਜਦੋਂ ਕਲਾਕਾਰ ਫੋਟੋ ਬਣਾਉਂਦਾ ਜੀ ਉਹਦੇ ਵਿੱਚ ਆਪਦੇ ਹਾਪਾ ਪਾ ਉਹ ਵੀ ਪਾਉਂਦਾ ਜੀ ਜਿਵੇਂ ਆਪਾਂ ਸਟੂਡੀਓ ਤੇ ਫੋਟੋ ਕਰਵਾ ਲਈ ਜੀ ਉਹਦਾ ਇੱਕ ਮੰਨ ਲਓ ਇੱਕ ਡਿਜੀਟਲ ਕੰਮ ਹੋ ਗਿਆ ਜੀ ਜਿਹੜਾ ਹੁਣ ਚਿੱਤਰਕਾਰ ਪੇਂਟਿੰਗ ਬਣਾਊਗਾ ਜੀ ਉਹਦੇ ਸਾਰੇ ਹਾਪਾ-ਭਾਪ ਉਹਦੇ ਵਿੱਚ ਦਿਖਾਊਗਾ ਜੀ ਪਰ ਉਹ ਆਮ ਲੋਕ ਸਮਝਦੇ ਨਹੀਂ ਹੈਗੇ ਠੀਕ ਹੈ ਜੀ ਮਤਲਬ ਫਿਤਰਕਾਰੀ ਦੇ ਵਿੱਚ ਔਰ ਇੱਕ ਡਿਜੀਟਲ ਫੋਟੋ ਦੇ ਵਿੱਚ ਕੀ ਫਰਕ ਹੁੰਦਾ ਤੁਹਾਡੇ ਸਾਹਮਣੇ ਜੀ ਫਰਕ ਤਾਂ ਇਹੀ ਆ ਵੀ ਜੀ ਕੋਈ ਬੰਦਾ ਸਕੈਚ ਆਪ ਬਣਾਉਣੀ ਹੈ ਜੀ ਬੰਦੇ ਦੇ ਮੂਡ ਤੇ ਡਿਪੈਂਡ ਕਰਦਾ ਜੀ ਉਹ ਹੀ ਮਤਲਬ ਬੰਦੇ ਜਿਹੜਾ ਸੁਭਾਅ ਹੈ ਉਹ ਪੇਂਟਿੰਗ ਦੇ ਵਿੱਚ ਦਿਖੂਗਾ ਜੀ ਵੀ ਬੰਦੇ ਨੇ ਕਿਵੇਂ ਬਣਾਈ ਹੈ ਕਿਹੜਾ ਮੂਡ ਸੀਗਾ ਜੀ ਹੁਣ ਜਿਵੇਂ ਆਪਾਂ ਜਿਹੜੀ ਦੂਸਰੀ ਪੇਂਟ ਸਕੈਚ ਦੇਖ ਰਹੇ ਹਾਂ ਇਸ ਡਿਜੀਟਲ ਵਾਲੀ ਜੀ ਉਹ ਤਾਂ ਇੱਕ ਮੈਲੋ ਮਸ਼ੀਨੀ ਹੈ ਉਹਦੇ ਵਿੱਚ ਕੋਈ ਹਾ ਭਾਵ ਨਹੀਂ ਬੰਦਾ ਜਿੱਦਾਂ ਖੜਦਾ ਜਾਏ ਕਿ ਉਦਾਂ ਹੀ ਆ ਜੂਗੀ ਪਰ ਇਹਦੇ ਵਿੱਚ ਕਲਾਕਾਰ ਦੇ ਜਿਹੜੇ ਹਾ ਭਾਵ ਨੇ ਉਹ ਹੁੰਦੇ ਨਹੀਂ ਇਹਦੇ ਵਿੱਚ ਜੀ ਆ ਮੈਂ ਥੋੜੀ ਬਹੁਤ ਜਾਣਕਾਰੀ ਹਾਸਲ ਕੀਤੀ ਸੀ ਕਿ ਜਿਹੜਾ ਪੇਂਟਿੰਗ ਦਾ ਫੀਲਡ ਹੈ ਕਿਉਂਕਿ ਅਸੀਂ ਪਹਿਲੇ ਵੀ ਇੱਕ ਬੱਚੀ ਦਾ ਇੰਟਰਵਿਊ ਲਿੱਤਾ ਸੀ ਨਮੋਲ ਪਿੰਡ ਦੀ ਸ਼ਾਇਦ ਤੁਸੀਂ ਵੀ ਦੇਖਿਆ ਹੋਵੇਗਾ ਉਹਨੂੰ ਵੀ ਪੇਂਟਿੰਗ ਦਾ ਸ਼ੌਕ ਸੀਗਾ ਤਾਂ ਮੈਨੂੰ ਜਾਣਕਾਰੀ ਮਿਲੀ ਕਿ ਪੇਂਟਿੰਗ ਦੇ ਫੀਲਡ ਦੇ ਵਿੱਚ ਪੰਜਾਬ ਦੇ ਵਿੱਚ ਸਕੋਪ ਨਹੀਂ ਅੱਗੇ ਵਧਦਾ ਆਪ ਜੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਮਤਲਬ ਕਿ ਫਿਰ ਆਪ ਜੀ ਕਿਵੇਂ ਇਸ ਸਿਸਟਮ ਅੱਗੇ ਵਧਾਉਂਗੇ ਆਪਣੇ ਨੂੰ ਸਿਸਟਮ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਮਤਲਬ ਕਿ ਸੋਚ ਆ ਵੀ ਮੈਂ ਪੇਂਟਿੰਗਾਂ ਬਣਾ ਕੇ ਇੱਕ ਵਧੀਆ ਆਰਟ ਗੈਲਰੀ ਬਣਾਉਣਾ ਚਾਹੁੰਦਾ ਜੀ ਠੀਕ ਹੈ ਤੇ ਉਹ ਨਾਲੇ ਭੋਖੇ ਦੇ ਬੱਚੇ ਵੀ ਹੋਰ ਵੀ ਬੱਚੇ ਇਹ ਤੋਂ ਪੇਂਟਿੰਗਾਂ ਸਿੱਖਣੇ ਆ ਕੇ ਪ੍ਰੇਰਣਾ ਲੈਣੇ ਜੀ ਤਾਂ ਕਿ ਉਹ ਵੀ ਕਲਾ ਖੇਤਰ ਵਿੱਚ ਆਉਣ ਜੀ ਠੀਕ ਹੈ ਵੈਸੇ ਆਪ ਜੀ ਕੰਮ ਕੀ ਕਰਦੇ ਹੋ ਕੰਮ ਫਿਲਹਾਲ ਮੇਰਾ ਇਹ ਪੇਂਟਿੰਗ ਦੀ ਤੇ ਰੰਗ ਵਗੈਰਾ ਵੀ ਕਰਨ ਚੱਲਾ ਜਾਣਾ ਜੀ ਕੁ ਪੇਂਟਿੰਗਾਂ ਟਰਾਲੀਆਂ ਵਗੈਰਾ ਲਿਖਣੀ ਹੋਗੀਆਂ ਜੀ ਤੇ ਆਮ ਘਰਾਂ ਦੇ ਵਿੱਚ ਡੈਕੋਰੇਸ਼ਨ ਜੀ ਫਲੈਕਸ ਵਗੈਰਾ ਲਾਉਣੀ ਜੀ ਸਿੱਧੇ ਹੀ ਮੇਰਾ ਕੰਮ ਹੈ ਜੀ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਕਿੰਨੇ ਜੀ ਨੇ ਆਪ ਜੀ ਦੇ ਪਰਿਵਾਰ ਦੇ ਵਿੱਚ ਸੀ ਪੰਜ ਜੀ ਆ ਜੀ ਠੀਕ ਹੈ ਜੀ ਤੇ ਮੇਰੀ ਮੰਮੀ ਪਾਪਾ ਜੀ ਮੇਰਾ ਤਾਇਆ ਜੀ ਤੇ ਮੇਰੇ ਬ੍ਰਦਰ ਦੀ ਸ਼ਾਦੀ ਹੋ ਗਈ ਤੇ ਮੇਰੀ ਸ਼ਸ਼ਟ ਦੀ ਵੀ ਹੋ ਗਈ ਠੀਕ ਹੈ ਜੀ ਤੇ ਕਈ ਵਾਰ ਘਰ ਦੇ ਕਹਿੰਦੇ ਹੁੰਦੇ ਨੇ ਕਿ ਪੁੱਤ ਤੂੰ ਕਿਉਂ ਤੂੰ ਕਾਗਜ਼ ਕਾਲੇ ਕਰੇ ਫਿਰਦਾ ਕੁਝ ਹੋਰ ਕੰਮ ਤੇ ਲੱਗ ਜਾ ਕਦੀ ਕੁਸੇ ਹੋ ਜਾ ਤਾਂ ਨਹੀਂ ਹੋਇਆ ਹਾਂ ਜੀ ਵੈਸੇ ਕਹਿੰਦੇ ਰਹਿੰਦੇ ਨੇ ਪਰ ਇਹ ਉਹਨਾਂ ਨੂੰ ਹੁਣ ਪਤਾ ਨਹੀਂ ਤਾਂ ਕਰਕੇ ਫਿਰ ਮੈਂ ਹੁਣ ਉਹਦਾ ਮਤਲਬ ਕੁਝ ਨਹੀਂ ਕਹਿੰਦਾ ਜੀ ਕਿਉਂਕਿ ਮੇਰੇ ਪੇਂਟਿੰਗਾਂ ਦਾ ਜਿਹਨੂੰ ਪਤਾ ਹੈ ਉਹ ਤਾਂ ਉਸ ਨੂੰ ਪਤਾ ਪਰ ਫਿਰ ਵੀ ਮੇਰੇ ਮਾਪੇ ਮੈਨੂੰ ਪੂਰਾ ਮਤਲਬ ਮਦਦ ਕਰ ਰਹੇ ਨੇ ਜੀ ਟਾਈਮ ਦੇ ਰਹੇ ਨੇ ਜੀ ਪੈਸਾ ਵੀ ਦੇ ਰਹੇ ਨੇ ਪਰ ਜੀ ਆਪਾਂ ਵੀ ਆਦਕ ਪੱਲੋਂ ਪੂਰੀ ਕੋਸ਼ਿਸ਼ ਕਰਨੀ ਜੀ ਤੁਸੀਂ ਆਪਣੇ ਵੱਲੋਂ ਜਿਹੜਾ ਖਰਚਾ ਪਾਣੀ ਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਪੈਂਟੀਆਂ 'ਚ ਕਾਫੀ ਖਰਚਾ ਹੋ ਜਾਂਦਾ ਹੋਵੇਗਾ ਟਾਈਮ ਵੀ ਲੱਗਦਾ ਹੈ ਤਾਂ ਖਰਚਾ ਤੁਸੀਂ ਆਪਣੇ ਵੱਲੋਂ ਕੱਢਦੇ ਹੋ ਹਾਂ ਜੀ ਆਪਣੇ ਵੱਲੋਂ ਕੱਢਦੇ ਹਾਂ ਠੀਕ ਹੈ ਜੀ ਤੇ ਤੁਸੀਂ 10:30 'ਚ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਤੋਂ ਕੋਈ ਹੈਲਪ ਕਿਸੇ ਪ੍ਰਕਾਰ ਦੀ ਆ ਕੋਈ ਤੁਸੀਂ ਰਿਕਵੈਸਟ ਕਰਨਾ ਚਾਹੁੰਦੇ ਹੋ बस ये दे अपना मतलब लोका ਦਾ ਪਿਆਰ ਮਿਲੀ ਜਾਏ ਪੇਂਟਿੰਗ ਦੇ ਵਿੱਚ ਹੀ ਮਤਲਬ ਇਹੀ ਬਹੁਤ ਆਪਣੀ ਲਈ ਤਾਂ ਹੀ ਹੈਲਪ ਤਾਂ ਇਹੀ ਹੈ ਜੀ ਠੀਕ ਹੈ ਜੀ ਤੇ ਕੋਈ ਆਪ ਜੀ ਵੱਲੋਂ ਕੋਈ ਮੈਸੇਜ ਕਰਕੇ ਮੈਸੇਜ ਮੈਂ ਦੇਖਿਆ ਆਪ ਜੀ ਦੀ ਪੇਂਟਿੰਗਾਂ ਦੇ ਵਿੱਚ ਵੀ ਕਾफी ਆਪ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਬਟ ਫਿਰ ਵੀ ਜੇ ਕੋਈ ਆਪ ਜੀ ਮੈਸੇਜ ਦੇਣਾ ਚਾਹੋ ਪਲੀਜ਼ ਜ਼ਰੂਰ ਦਿਓ ਜੀ ਮੈਸੇਜ ਆਪਣੀ ਹੈ ਵੀ ਆਪਾਂ ਮਤਲਬ ਕੋਈ ਪੇਂਟਿੰਗ ਬਣਾਉਣਾ ਜੀ ਉਹ ਲੋਕ ਪੱਖੀ ਹੋਣੀ ਚਾਹੀਦੀ ਜੀ ਠੀਕ ਹੈ ਪਰ ਲੋਕਾਂ ਦੇ ਹੱਕ ਦੀ ਗੱਲ ਕਰੀ ਜੀ ਵੀ ਆਪਮਾਸ ਲੋਕਾਂ ਦੇ ਹੱਕ ਦੀ ਗੱਲ ਕਰੂ ਤਾਂ ਆਪ ਨੂੰ ਲੋਕ ਪ੍ਰਮੋਟ ਕਰਨਗੇ ਜੀ ਮ ਮਲਾਂ ਨਹੀਂ ਕਰਨਗੇ ਜੀ ਠੀਕ ਹੈ ਜੀ ਸੋ ਇਹ ਪੇਂਟਿੰਗ ਆ ਵੀਰਜੀ ਦੀ ਬਣਾਈ ਹੋਈਆਂ ਤੇ ਵੀਰਜੀ ਦੇ ਵਿਚਾਰ ਵੀ ਆਪ ਜੀ ਨੇ ਸੁਣੇ ਨੇ ਵੀਰੇ ਮੈਂ ਚਾਹਾਂਗਾ ਆਪ ਜੀ ਦਾ ਸੰਪਰਕ ਨੰਬਰ ਆਪ ਜੀ ਜਰੂਰ ਦੱਸੋ ਤਾਂ ਕਿ ਕੋਈ ਆਪ ਜੀ ਤੋਂ ਪੇਂਟਿੰਗ ਲੈਣਾ ਚਾਹੇ ਆਪ ਜੀ ਨੂੰ ਮਿਲਣਾ ਚਾਹੇ ਆਪ ਜੀ ਦੇ ਪਿੰਡ ਆ ਕੇ ਇੱਕ ਤਾਂ ਆਪ ਜੀ ਐਡਰੈਸ ਦੱਸੋ ਇੱਕ ਸੰਪਰਕ ਨੰਬਰ ਜਰੂਰ ਦੱਸੋ ਜੀ ਹਾਂ ਜੀ ਪਿੰਡ ਮੇਰਾ ਸ਼ੇਰੋਆ ਜੀ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ 62807 11072 62807 11072 ਜੀ ਠੀਕ ਹੈ ਜੀ ਬਹੁਤ ਧੰਨਵਾਦ ਨਿਰਪੈ ਸਿੰਘ ਇਸ ਵੀਰ ਦਾ ਨਾਮ ਹੈ ਪਿੰਡ ਸ਼ੇਰੂ ਦੇ ਰਹਿਣ ਵਾਲੇ ਨੇ ਇਨਾਂ ਦੀ ਜਿਹੜੀ ਇੱਕ ਟੈਲੈਂਟ ਹੈ ਪੇਂਟਿੰਗ ਦਾ ਅਸੀਂ ਤੁਹਾਡੇ ਰੂਬਰੂ ਕੀਤਾ ਹੈ ਤੁਹਾਨੂੰ ਵੀਰ ਜੀ ਦਾ ਟੈਲੈਂਟ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਵੀ ਕੋਈ ਵੀਰ ਪਿਆਣ ਹੈ ਜਿਹਦੇ ਅੰਦਰ ਕੋਈ ਟੈਲੈਂਟ ਹੈ ਕੋਈ ਧਾਰਮਿਕ ਜਾਂ ਸਮਾਜਿਕ ਜਾਂ ਕੋਈ ਵੀ ਕਾਰੀਗਰੀ ਕਰਨ ਦਾ ਕੋਈ ਟੈਲੈਂਟ ਹੈ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਸਾਡਾ ਨੰਬਰ ਸਕਰੀਨ ਤੇ ਆ ਰਿਹਾ ਹੈ ਅਸੀਂ ਤੁਹਾਡੇ ਪਿੰਡ ਸ਼ਹਿਰ ਵਿੱਚ ਪਹੁੰਚ ਕੇ ਉਹ ਜਿਹੜਾ ਤੁਹਾਡਾ ਟੈਲੈਂਟ ਹੈ ਆਪਣੇ ਚੈਨਲ ਦੇ ਮਾਧਿਅਮ ਦ ਰਾਹੀਂ ਪੂਰੀ ਦੁਨੀਆ 'ਚ ਪਹੁੰਚਾਉਂਦਾ ਯਤਨ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ